अब मरो सहसा दुख गया अब मरो अब मरो सहसा दुख गया अब मरो अब मरो सहसा दुख गया और उपाय और उपाय सगल त्याग छोड़े सतगुरु शरण पाया सतगुरु शरण पाया अब मरो अब मरो सहसा दुख गया सहसा दुख गया सर्व सिद्ध कार्य सब सुरे
ਸਰਬ ਸਿੱਧ ਕਾਰਜ ਸਭ ਸਭ ਹੈ ਆਏ ਨਾ ਜਾ
ਤਾਕਤ ਹੀ ਡੋਲੇ।
और उपाव सगल त्याग छोड़े मैं आरंभ विच ही लड़ी जोड़ देना चाहना रात गुरु तेग बहादुर पातशाह जी का शब्द लड़ीवार आया सी जिस विच हर जीव नू उन्दे जीवन दे संघर्ष विच क्योंकि जीवन एक संघर्ष है ख्याल सी गुरु तेग बहादुर पातशाह जी का कि इस संघर्षमई मिले जीवन विच हर तोखला हर फिकर हर चिंता मनुख नू घेरी बैठी है मनुख करदा भी है फिकर चिंता जिहड़ी है ओहो ही हर उद्यम दा एक उपराला है जिथे चिंता कोई नहीं उथे उपराला भी कोई नहीं जिन्ना उपराला हो रहा है उपराला दा मतलब ही उपाऊ है जिन्ना उपाव हो रहा है कुछ बन रहा है कुछ नवी डिवेलपमेंट हो रही है उन दे सारे दे पिछे कुछ जरूरतां कशमकश अंदरले फिक्र चिंता आ सड़क बनाने वाला सोचता है अज किन्नी ट्रैफिक है कल नू किन्नी होवेगी किन्नी सड़क चौड़ी करीकरण करनी है ये सारे फिकर चिंतावान दा ही हिस्सा ने ते गुरु तेग बहादुर पातशाह जी ने एक लिस्ट दित्ती सी रात कि एनिया चिंतावान विच किरिया होया मनुख जड़ियां खास चिंतावान ने उन्हां दे वल्लों बेपरवाह ਅਤੇ ਉਸ ਲਿਸਟ ਵਿੱਚੋਂ ਸਵਾਲ ਪੈਦਾ ਹੋਇਆ ਸੀ ਦੱਸੋ ਬਈ ਅਸੀਂ ਆਪਣੀ ਲਾਈਫ ਵਿੱਚ ਰੋਜ਼ ਦੇ ਜੀਵਨ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਸ ਲਿਸਟ ਵਿੱਚੋਂ ਕਿਹੜਾ ਮਸਲਾ ਸ਼ਾਮਿਲ ਕਰਨਾ ਹੈ ਕੋਈ ਨਹੀਂ ਕਰਦੇ ਬਾਕੀ ਦੁਨੀਆਂ ਦੀਆਂ ਸਾਰੀਆਂ ਚਿੰਤਾਵਾਂ ਨੇ ਪਰ ਉਹ ਚਿੰਤਾ ਕੋਈ ਵੀ ਨਹੀਂ ਕਿਸੇ ਲਈ ਅਸੀਂ ਸੰਸਿਆਂ ਵਿੱਚ ਫਿਕਰਾਂ ਵਿੱਚ ਸੰਸੇਦਾਰ ਸੀ ਫਿਕਰਾਂ ਵਿੱਚ ਸਹਿਸਿਆਂ ਵਿੱਚ ਚਿੰਤਾਵਾਂ ਵਿੱਚ ਘਿਰੇ ਹੋਏ ਹਾਂ ਖਾਸ ਕਰਕੇ ਉਹਨਾਂ ਚਿੰਤਾਵਾਂ ਵਿੱਚ ਜਿਹੜੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ ਕਿ ਅਬ ਮੈਂ ਕੌਣ ਉਪਾਅ ਕਰਾਂ ਉਹਨਾਂ ਦਾ ਕੋਈ ਉਪਰਾਲਾ ਉਹ ਮੇਰੀਆਂ ਚਿੰਤਾਵਾਂ ਖਤਮ ਹੋਣ ਅਬ ਮੈਂ ਕੌਣ ਉਪਾਅ ਕਰਾਂ ਰਾਤ ਵਾਲਾ ਸ਼ਬਦ ਸੀ ਜੈ ਬਿਦ ਮਨ ਕੋ ਸੰਸਾ ਚੁੱਕੇ ਮਨ ਦਾ ਫਿਕਰ ਦੂਰ ਹੋ ਨਿਧ ਪਾਰ ਪਰੋ ਜਨਮ ਪਾਏ ਕੁਛ ਭਲੋ ਨਕੀਨੋ ਤਾਂ ਤੇ ਅਧਿਕ ਡਰੋ ਮੈਨੂੰ ਡਰ ਵੀ ਹੈ ਭੈ ਵੀ ਹੈ ਪਤਾ ਨਹੀਂ ਅੱਗੇ ਜਾ ਕੇ ਹਿਸਾਬ ਦੇਣਾ ਅਤੇ ਕਿੱਥੇ ਗਏ ਦੇਣਾ ਜਦੋਂ ਬਾਪੂ ਪੁੱਛੇਗਾ ਕੀ ਕਰਕੇ ਆਇਆ ਉੱਥੇ ਕੀ ਜਵਾਬ ਦਿਆਂਗਾ ਰਾਤ ਵਾਲਾ ਸਬਜੈਕਟ ਸੀ ਅਤੇ ਮੈਂ ਅਰਜ਼ ਕੀਤੀ ਸੀ
ਬਾਕੀ ਸੰਸੇ ਫਿਕਰ ਤਾਂ ਅਸੀਂ ਉਪਰਾਲੇ ਕਰਨੇ ਹੀ ਹਾਂ, ਕਰਦੇ ਪਏ, ਸੰਸਾਰ ਕਰਦਾ। ਬੜੇ ਵੱਡੇ ਵੱਡੇ ਸਾਇੰਸਦਾਨ ਬੈਠੇ ਨੇ ਸਾਡੇ ਜੀਵਨ ਦੀਆਂ ਔਕੜਾਂ ਚਿੰਤਾਵਾਂ ਦੂਰ ਕਰਨ ਲਈ, ਉਹ ਉਪਰਾਲੇ ਕਰ ਰਹੇ। ਨਵੀਆਂ ਨਵੀਆਂ ਚੀਜ਼ਾਂ ਦੀ ਕਾਢ ਇਜ਼ਾਦ ਹੋ ਰਹੀਆਂ ਨੇ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਹੈ, ਉਹਦਾ ਉਪਰਾਲਾ ਕੀ ਹੈ? ਤਾਂ ਕਿ ਉਹ ਸੈਸਾ, ਉਹ ਸੰਸਾ, ਉਹ ਫਿਕਰ ਵੀ ਖਤਮ ਹੋ ਜਾਏ। ਲਓ, ਅਤੇ ਮੈਂ ਰਾਤ ਅਰਜ਼ ਕੀਤੀ ਸੀ, ਸਵੇਰੇ ਆਪਾਂ ਗੁਰੂ ਕੋਲੋਂ ਪੁੱਛਾਂਗੇ ਜੀ ਉਹ ਸੰਸਾ ਕਿਵੇਂ ਖਤਮ ਹੋ ਗਈ। ਉਹ ਚਿੰਤਾ ਜਿਹੜੀ ਬੜੀ ਸੱਚ ਦੀ ਚਿੰਤਾ ਹੈ, ਮਸਲਨ ਉਹਦੇ ਵਿੱਚ ਸੀ ਵੀ ਜੋਬਨ ਵੀ ਚਲਾ ਗਿਆ, ਮੈਂ ਵਾਪਸ ਨਹੀਂ ਲਿਆ ਸਕਿਆ, ਬੁਢੇਪਾ ਵੀ ਚਲਾ ਗਿਆ, ਮੈਂ ਉਹਨੂੰ ਰੋਕ ਨਹੀਂ ਸਕਿਆ, ਹੁਣ ਰਹਿ ਗਈ ਮੌਤ, ਕਿਵੇਂ ਮਰਾਂ, ਕੈਸਾ ਮਰਨਾ ਹੋਏ, ਇਹ ਵੀ ਚਿੰਤਾ ਹੈ। ਕੋਈ ਭਲਾ ਕੰਮ ਨਹੀਂ ਕੀਤਾ ਅਤੇ ਜੀਵਨ ਖਤਮ ਹੋ ਗਿਆ, ਇਹ ਵੀ ਚਿੰਤਾ ਹੈ। ਜਰਾ ਜੀਵਨ ਜੋ ਬਣ ਗਿਆ, ਕੱਛ ਕੀਆ ਨਾਨੀਕਾ, ਚਿੰਤਾ ਹੀ ਚਿੰਤਾ ਹੈ। ਇਹ ਸਾਰੀਆਂ ਚਿੰਤਾਵਾਂ ਕਿਵੇਂ ਖਤਮ ਹੋਣ? ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਸੀ। ਹੁਣ ਗੁਰੂ ਅਰਜਨ ਪਾਤਸ਼ਾਹ ਜਵਾਬ ਦਿੰਦੇ ਨੇ, ਅੱਜ ਦਾ ਸ਼ਬਦ ਗੁਰੂ ਪੰਚਮ ਪਾਤਸ਼ਾਹ ਜੀ ਦਾ ਹੈ। ਕਹਿੰਦੇ ਨੇ ਇਹ ਚਿੰਤਾ ਜਿੰਨੀਆਂ ਸੱਚਾਈ ਦੀਆਂ ਚਿੰਤਾ ਨੇ ਜਿਹੜੀਆਂ ਤੇਰੇ ਵਾਸ ਵਿੱਚ ਨਹੀਂ, ਨਾ ਤੂੰ ਇਹਨਾਂ ਦਾ ਉਪਾਅ ਕਰ ਸਕਿਆ, ਨਾ ਤੂੰ ਇਹਨਾਂ ਦਾ ਹੱਲ ਕਰ ਸਕਿਆ। ਭੌਜਲ ਤੂੰ ਕਿਵੇਂ ਪਾਰ ਹੋਣਾ, ਇਹ ਤੇਰੇ ਵੱਸ ਦੀ ਗੱਲ ਨਹੀਂ। ਕਿਵੇਂ ਮਰਨਾ ਹੈ, ਕਿਵੇਂ ਜਿਉਣਾ, ਇਹ ਤੇਰੇ ਵੱਸ ਦੀ ਗੱਲ ਨਹੀਂ। ਅਤੇ ਇਹ ਚਿੰਤਾ ਜਿਹੜੀਆਂ ਜ਼ਰੂਰੀ ਨੇ ਤੇਰੇ ਮਨ ਨਾਲ ਸੰਬੰਧ ਰੱਖਦੀਆਂ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਏ? ਲਓ, ਇਸ ਗੱਲ ਦਾ ਜਵਾਬ ਹੈ ਅੱਜ ਦੇ ਸ਼ਬਦ ਵਿੱਚ। ਕਹਿਣ ਲੱਗੇ, ਅਬ ਮੋਰੋ ਅਬ ਮੋਰੋ ਸੈਸਾ ਦੁੱਖ ਗਿਆ। ਲਓ, ਮੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ। ਹੈ ਇੱਕੋ ਹੀ ਗੱਲ ਕੀਤੀ, ਕਹਿਣ ਲੱਗੇ ਮੈਂ ਹੋਰ ਉਪਾਅ ਵੀ ਛੱਡ ਦਿੱਤੇ। ਰਾਤ ਤਾਂ ਪੁੱਛਿਆ ਸੀ ਨਾ, ਅਬ ਮੈਂ ਕੌਣ ਉਪਾਅ ਕਰੂੰ? ਤੇ ਹੁਣ ਕਹਿੰਦੇ ਨੇ ਮੈਂ ਉਪਾਅ ਵੀ ਛੱਡ ਦਿੱਤੇ ਨੇ। ਔਰ ਉਪਾਅ ਸਗਲ ਤਿਆਗ ਛੋੜੇ, ਔਰ ਉਪਾਅ ਸਗਲ ਤਿਆਗ ਛੋੜੇ। ਕਿੰਨੇ ਸੌਖੇ ਤਰੀਕੇ ਦੱਸ ਰਹੇ ਨੇ, ਜੇ ਅਸੀਂ ਫਿਰ ਵੀ ਨਾ ਅਪਣਾਈਏ ਤਾਂ ਸਾਡੀ ਬਦਕਿਸਮਤੀ ਹੈ ਨਾ। ਰਾਤ ਵੀ ਇੱਕ ਸ਼ਬਦ ਆਇਆ ਸੀ, ਉਸ ਸ਼ਰਾਬ ਦੇ ਸ਼ਬਦ ਵਿੱਚ ਇੱਕ ਲਾਈਨ ਆਈ ਸੀ,
ਕਿ ਮੇਰੇ ਦੁੱਖਾਂ ਵਿੱਚ ਪੈ ਰਹਿਣ ਦਾ ਕਾਰਨ ਇਹ ਵੀ ਹੈ ਕਿ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ। ਅਬ ਮੈਂ ਕੌਣ ਉਪਾਅ ਕਰੂੰ? ਕਿਉਂਕਿ ਇਹ ਨਹੀਂ ਕਿ ਗੁਰੂ ਮਤ ਨਹੀਂ ਦੇ ਰਿਹਾ। 500 ਵਰ੍ਹਾ ਬੀਤ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮਤ ਹੀ ਤਾਂ ਦੇਈ ਜਾਂਦਾ। ਅਸੀਂ ਕਿੰਨੇ ਕੁ ਬਦਲੇ ਹਾਂ? ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ ਨੇ ਬੜੇ ਸੱਚ ਨੇ। ਕਹਿੰਦੇ ਨੇ ਸਾਡੀ ਹਾਲਤ ਇਹ ਹੈ ਕਿ ਗੁਰਮਤਿ ਸੁਣਨੇ ਆ, ਇਹ ਨਹੀਂ ਕਿ ਨਹੀਂ ਸੁਣਨੇ। ਹੁਕਮਨਾਮਾ ਰੋਡ ਸੁਣਨੇ ਆ। ਮੈਂ ਇੱਕ ਵਾਰ ਕੀਤੀ ਸੀ ਕਿ ਮਨੁੱਖ ਇੰਨਾ ਫਿਕਰਮੰਦ ਹੁੰਦਾ ਕਿ ਸਵੇਰੇ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਸੁਣਨਾ ਹੈ। ਹਜ਼ਾਰਾਂ ਕੋਹਾਂ 'ਤੇ ਬੈਠਾ ਹੋਇਆ ਵੀ ਹੁਕਮਨਾਮੇ ਨਾਲ ਕਿੱਡਾ ਪਿਆਰ ਹੈ, ਪਰ ਕੀ ਹੁਕਮਨਾਮਾ ਹੈ ਇਹ ਨਹੀਂ ਪਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਰਾਤ ਵਾਲਾ ਬਚਨ ਸੀ, ਗੁਰਮਤਿ ਸੁਣ। ਪਰ ਹੋਇਆ ਕੀ ਹੈ? ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ। ਰੋਜ਼ ਗੁਰੂ ਦੀ ਗੱਲ ਸੁਣੀ, ਨਿਤਨੇਮ ਬਾਣੀਆਂ ਦਾ ਵੀ ਕੀਤਾ, ਉਹ ਵੀ ਤਾਂ ਗੁਰਮਤਿ ਹੈ। ਪਰ ਕਿਸ ਬਾਣੀ ਦਾ, ਕਿੰਨਾ ਲਫਜ਼ਾਂ ਦਾ, ਕਿੰਨਾ ਹੁਕਮਾਂ ਦਾ ਰੋਜ਼ ਨਿਤਨੇਮ ਕਰ ਰਿਹਾ, ਇਹ ਕੋਈ ਪਤਾ ਨਹੀਂ। ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਸੋਝ ਨਹੀਂ ਆਈ। ਜੀਵਨ ਬਸ ਪਸ ਜਿਉ ਉਧਰ ਭਰੋ, ਜਿਵੇਂ ਪਸ਼ੂ ਖਾ ਕੇ ਕੰਮ ਕਰਕੇ ਜੀਵਨ ਸਾਰਾ ਗੁਜ਼ਾਰ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੋ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਸਟਾਈਲ ਤਰੀਕਾ ਜੀਵਨ ਦਾ ਉਹੋ ਹੀ ਹੈ ਜੋ ਪਸ਼ੂ ਦਾ। ਇਹ ਵੀ ਸਮਝਦਾ ਰੋਟੀ ਕਮਾਉਣ ਲਈ ਆਇਆ, ਰੋਟੀ ਖਾਣ ਲਈ ਆਇਆ, ਗੁਰੂ ਨੇ ਬਾਣੀ ਵਿੱਚ ਆਖਿਆ। ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਹ ਹਾਲਤ ਹੋ ਗਈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਰਾਤ ਬਚਨ ਕੀਤਾ ਸੀ, ਉਹ ਸੀ ਕਿ ਭਲਿਆ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ। ਤੇ ਹੁਣ ਕਹਿੰਦੇ ਨੇ ਕੋਈ ਤਰੀਕਾ ਹੈ ਜਿਹੜੀ ਗੁਰਮਤਿ ਸੁਣ ਕੇ ਹੁਣ ਤੱਕ ਤੂੰ ਕੋਈ ਰਸਤਾ ਅਖਤਿਆਰ ਨਹੀਂ ਕੀਤਾ, ਮੈਨੂੰ ਤੇ ਰਾਹ ਹੀ ਉਸ ਗੁਰਮਤਿ ਵਿੱਚੋਂ ਮਿਲਿਆ, ਮੈਂ ਬਾਕੀ ਸਾਰੇ ਉਪਾਅ ਛੱਡ ਦਿੱਤੇ ਨੇ। ਕਹਿਣ ਲੱਗੇ ਅਬ ਮੋਰੋ ਸੈਸਾ ਦੁੱਖ ਗਿਆ, ਕਿਉਂ ਔਰ ਉਪਾਉ ਸਗਲ ਤਿਆਗ ਛੋੜੇ। ਮੈਂ ਤਾਂ ਹੋਰ ਉਪਾਅ ਵੀ ਛੱਡ ਦਿੱਤੇ ਨੇ, ਸਿਰਫ ਗੁਰਮਤਿ ਸੁਣ ਕੇ ਸਮਝਣੀ ਸ਼ੁਰੂ ਕਰ ਦਿੱਤੀ। ਲਓ
ਸਿਰਫ ਗੁਰੂ ਦੀ ਸ਼ਰਨ ਚਲਾ ਗਿਆ। ਉਹਨੂੰ ਆਖਿਆ ਜੀ ਤੂੰ ਸਮਝਾ, ਮੈਨੂੰ ਕਿਸੇ ਉਪਾਅ ਦੀ ਲੋੜ ਨਹੀਂ। ਕਹਿਣ ਲੱਗੇ ਔਰ ਉਪਾਅ ਸਗਲ ਤਿਆਗ ਛੋੜੇ ਸਤਿਗੁਰ ਸ਼ਰਨ ਪਿਆ। ਗੁਰੂ ਦੀ ਸ਼ਰਨ ਆਇਆ। ਆਪਾਂ ਬੜੇ ਸਰਲ ਤਰੀਕੇ ਨਾਲ ਰੋਜ਼ ਸ਼ਬਦ ਪੜ੍ਹਨੇ ਕਹਿੰਦੇ ਹਾਂ, ਸਤਿਗੁਰ ਆਇਓ ਸਰਨ ਤੁਹਾਰੀ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਚਿੰਤਾ ਕੀ ਸਹਿਸਾ, ਸਹਿਸਾ ਤੇ ਚਿੰਤਾ ਬਦਲਵਾਂ ਲਫ਼ਜ਼ ਹੀ ਹੈ, ਅਰਥ ਇੱਕੋ ਹੈ। ਮੇਰੀ ਚਿੰਤਾ ਖਤਮ ਕਰ ਦੇ। ਹੁਣ ਗੁਰੂ ਕੋਲ ਆ ਗਿਆ, ਹੋਰ ਉਪਾਅ ਸਾਰੇ ਛੱਡ ਦਿੱਤੇ ਨੇ। ਰਾਤਾਂ ਪੁੱਛ ਰਹੇ ਸਨ, ਕਹਿੰਦੇ ਸਨ ਅਬ ਮੈਂ ਕੌਣ ਉਪਾਅ ਕਰੋ। ਹੁਣ ਜਵਾਬ ਦੇ ਰਹੇ ਨੇ, ਕਹਿੰਦੇ ਨੇ ਔਰ ਉਪਾਅ ਸਗਲ ਤਿਆਗ ਛੋਡੇ ਸਤਿਗੁਰ ਸ਼ਰਨ ਪਿਆ। ਮੈਂ ਗੁਰੂ ਦੀ ਸ਼ਰਨ ਆ ਗਿਆ, ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਇਸੇ ਦਰਬਾਰ ਦੀ ਅਗਵਾਈ ਵਿੱਚ, ਇਸੇ ਗੁਰੂ ਦੀ ਅਗਵਾਈ ਵਿੱਚ ਹੀ ਮੇਰੇ ਫਿਕਰ, ਚਿੰਤਾਵਾਂ, ਸਹਿਸੇ ਖਤਮ ਹੋ ਸਕਦੇ ਨੇ। ਲਓ ਹੁਣ ਆਪਾਂ ਗੁਰੂ ਕੋਲ ਪੁੱਛਣਾ ਹੈ ਤੇ ਗੁਰੂ ਨੇ ਜਵਾਬ ਦੇਣਾ ਹੈ। ਮੈਂ ਕਰਜ਼ ਕਰਾਂ, ਜੇ ਕਦੀ ਅਸੀਂ ਮਨ ਲਾ ਕੇ ਗੁਰਬਾਣੀ ਪੜ੍ਹਨ ਸਮਝਣ ਲੱਗ ਪਈਏ ਤਾਂ ਜੀਵਨ ਬੜਾ ਹੀ ਆਸਾਨ ਹੋ ਜਾਏ। ਸਤਿਗੁਰੂ ਦੁਹਾਰਫੀ ਜਵਾਬ ਲੰਬੇ ਚੱਕਰ 'ਚ ਨਹੀਂ ਪਾਉਂਦੇ। ਲੰਬੇ ਚੱਕਰ ਇਹ ਵੀ ਨਹੀਂ ਕਿ ਮਰਨ ਤੋਂ ਬਾਅਦ ਆ ਮਿਲੇਗਾ ਸਵਰਗ ਮਿਲੇਗਾ, ਮਰਨ ਤੋਂ ਬਾਅਦ ਆ ਸੁੱਖ ਮਿਲੇਗਾ, ਆਹ ਕੰਮ ਪਹਿਲਾਂ ਅੱਜ ਕਰਦੇ 10 ਸਾਲ ਬਾਅਦ ਤੂੰ ਸੁਖੀ ਹੋ ਜਾਏਗਾ, ਕਿਸੇ ਚੱਕਰ 'ਚ ਨਹੀਂ। ਕਿਹੜੇ ਸਰਲ ਜਵਾਬ ਨੇ। ਕਹਿਣ ਲੱਗੇ ਅਚਰਜ ਇੱਕ ਸੁਣੋ ਰੇ ਭਾਈ। ਕਹਿਣ ਲੱਗੇ ਅਚਰਜ ਦੀ ਗੱਲ ਮੈਂ ਤੁਹਾਨੂੰ ਗੁਰੂ ਦਾ ਤਰੀਕਾ ਦੱਸਾਂ। ਬਾਣੀ ਅਚਰਜ ਇੱਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬੁਝਾਈ। ਗੁਰੂ ਨੇ ਮੈਨੂੰ ਉਹ ਤਰੀਕਾ ਦੱਸਿਆ, ਬੁਝਾ ਦਿੱਤਾ, ਜਣਾ ਦਿੱਤਾ, ਦੱਸ ਦਿੱਤਾ। ਗੁਰ ਐਸੀ ਬੂਝ ਬੁਝਾਈ। ਕਹਿਣ ਲੱਗੇ ਕਿਹੜੀ ਬੂਝ? ਜਾਂ ਕਹਿ ਅਚਿੰਤ ਵਸੇ ਮਨ ਮਾਹੀ। ਕਿਹੜੀ ਸਰਲ, ਇਹ ਦੁਹਾਈ ਗੱਲ ਹੈ। ਕਹਿਣ ਲੱਗੇ ਰੱਬ ਇੰਨੇ ਸੰਸਾਰ ਨੂੰ ਜਨਮ ਦੇ ਕੇ, ਤੂੰ ਤੇ 1, 2, 3, 4 ਪਰਿਵਾਰ ਦੇ ਜੀਆਂ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ, ਤੂੰ ਉਹਨਾਂ ਦਾ ਨਤੀਜਾ ਨਿਕਲਦਾ
ਦਿਨ ਰਾਤ ਫਿਕਰ ਵਿੱਚ ਪਿਆ ਹੋਇਆ, ਇਹਨਾਂ ਨੂੰ ਪਾਲਣਾ ਕਿਵੇਂ, ਇਹਨਾਂ ਨੂੰ ਸੰਭਾਲਣਾ ਕਿਵੇਂ। ਪਰ ਉਹ ਮਾਲਕ ਧੰਨ ਹੈ ਜਿਹਨੇ ਇੰਨੇ ਸੰਸਾਰ ਨੂੰ, ਇੰਨੇ ਜੀਵਾਂ ਨੂੰ ਜਨਮ ਦਿੱਤਾ ਹੈ ਅਤੇ ਸਾਰਿਆਂ ਨੂੰ ਸੰਭਾਲ ਵੀ ਰਿਹਾ ਹੈ, ਪਾਲ ਵੀ ਰਿਹਾ ਹੈ, ਅਤੇ ਫਿਰ ਉਹ ਅਚਿੰਤ ਹੈ। ਚਿੰਤਾ ਉਹਦੇ ਮਨ ਵਿੱਚ ਇਹ ਨਹੀਂ ਕਿ ਉਹ ਫਿਕਰ ਨਾਲ, ਉਹਨੇ ਸਿਸਟਮ ਅਜਿਹਾ ਬਣਾ ਦਿੱਤਾ ਆਪਣੇ ਆਪ ਹੋ ਹੀ ਜਾਂਦਾ, ਬਲਕਿ ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ, ਬਿਨਾਂ ਫਿਰੋਜ਼ੀ ਦੇ ਉੱਥੇ ਹੱਟ ਨਾ ਚੱਲੇ। ਉਹਨੂੰ ਇੰਨੇ ਉਪਾਵਾਂ ਦੀ ਲੋੜ ਨਹੀਂ ਪੈਂਦੀ ਜਿੰਨੇ ਤੈਨੂੰ ਲੋੜ ਪੈਂਦੀ ਹੈ। ਇੱਥੇ ਘਰ ਬਣਾਉਣੇ ਨੇ, ਨਾਲ ਇਹਦੇ ਮਾਰਕੀਟ ਵੀ ਬਣਾਉਣੀ ਹੈ, ਇਹਦੇ ਘਰ ਵਿੱਚ ਵਸਣ ਵਾਲੇ ਲੋਕ ਕਿੱਥੇ ਕੁਝ ਆਪਣੀਆਂ ਲੋੜਾਂ ਪੂਰੀਆਂ ਕਰਨ ਜਾਣਗੇ, ਉਹਨੂੰ ਕੋਈ ਫਿਕਰ ਨਹੀਂ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਨਾਨਕ ਚਿੰਤਾ ਮਤ ਕਰੋ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਗੁਰੂ ਸਮਝਾ ਰਿਹਾ, ਕਹਿੰਦਾ ਮੈਂ ਤੇਰੀਆਂ ਚਿੰਤਾਵਾਂ ਖਤਮ ਕਰਨਾ ਚਾਹੁੰਦਾ ਤਾਂ ਕਿ ਤੂੰ ਇਹ ਹੀ ਨਾ ਆਖਦਾ ਰਹੇ ਕਿ ਮੈਂ ਚਿੰਤਾ ਵਿੱਚ ਕਿਰਿਆ ਹੋਇਆ, ਮੇਰਾ ਸਹਿਸਾ ਖਤਮ ਕਰੋ, ਬਲਕਿ ਇਹ ਆਖੇ ਕਿ ਉਤਰ ਗਿਆ ਮੇਰੇ ਮਨ ਕਾ ਸੰਸਾਰ, ਅਬ ਮੇਰੋ ਸਹਿਸਾ ਦੁੱਖ ਗਿਆ, ਮੈਂ ਤਾਂ ਇਹ ਤੈਨੂੰ ਸੁਖੀ ਕਰਨਾ ਚਾਹੁੰਦਾ ਹੈ। ਕਿਹੜੀ ਅਜੀਬ ਗੱਲ ਹੈ, ਗੁਰੂ ਸਾਨੂੰ ਸੁਖੀ ਕਰਨਾ ਚਾਹੁੰਦਾ, ਅਸੀਂ ਗੁਰੂ ਦੀ ਗੱਲ ਨਹੀਂ ਸਮਝ ਰਹੇ। ਦੋ ਅਰਫੀ ਫੈਸਲਾ ਹੈ, ਕਹਿੰਦੇ ਜਾਣ ਕੇ ਅਚਿੰਤ ਵਸੈ ਮਨ ਮਾਇ, ਤਾਂ ਕੋ ਚਿੰਤਾ ਕਤ ਹੂੰ ਨਾਹੀ। ਕਹਿਣ ਲੱਗੇ ਤੂੰ ਅਚਿੰਤ ਨੂੰ ਆਪਣੇ ਅੰਦਰ ਟਿਕਾ ਲੈ, ਆਪਾਂ ਛੱਡ ਦੇ, ਉਹਦੇ ਵਿੱਚ ਸਮਾ ਜਾ, ਤੇ ਫਿਰ ਕੀ ਹੋਏਗਾ। ਆ ਬੜਾ ਖੂਬਸੂਰਤ ਜਵਾਬ ਹੈ। ਕਹਿਣ ਲੱਗੇ ਅਸਲ ਵਿੱਚ ਕੀ ਹੈ ਵੀ ਤੂੰ ਉਹਦੇ ਹੁਕਮ ਵਿੱਚ ਰਹਿ ਕੇ ਉਹਦੀ ਮਰਜ਼ੀ 'ਤੇ ਨਿਰਭਰ ਨਹੀਂ ਹੋ ਰਿਹਾ, ਆਪਣਾ ਹੁਕਮ ਚਲਾ ਰਿਹਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜਿੰਨੀ ਤੇਰੀ ਪਰੇਸ਼ਾਨੀ ਹੈ, ਜਿੰਨੇ ਤੇਰੇ ਸਹਿਸੇ ਨੇ, ਉਹ ਆਪਣੇ ਪੈਦਾ ਕੀਤੇ ਹੋਏ ਨੇ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜਬ ਲੱਗ ਹੁਕਮ ਨ ਬੂਝਦਾ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਉਹਨੀ ਦੇਰੀ ਦੁੱਖ ਹੈ,
ਗੁਰ ਮਿਲ ਹੁਕਮ ਪਛਾਣਿਆ। ਗੁਰੂ ਦਾ ਫਾਇਦਾ ਕੀ ਹੈ, ਉਹਦੀ ਸ਼ਰਨ ਵਿੱਚ ਆਇਆ, ਉਹਦੀ ਗੱਲ ਗੁਰਮਤ ਸਮਝਿਆ ਅਤੇ ਗਿਆਨ ਹਾਸਿਲ ਕੀਤਿਆਂ ਫਾਇਦਾ ਕੀ ਹੁੰਦਾ ਹੈ? ਹੁਕਮ ਦੀ ਪਛਾਣ ਹੋ ਜਾਂਦੀ, ਮਨੁੱਖ ਨੂੰ ਪਤਾ ਲੱਗ ਜਾਂਦਾ, ਵਿਸ਼ਵਾਸ ਆ ਜਾਂਦਾ ਕਿ ਜੋ ਕੁਛ ਵੀ ਕਰ ਰਿਹਾ ਹੋ ਰਿਹਾ ਉਹਦੇ ਹੁਕਮ ਵਿੱਚ ਹੈ। ਫਿਰ ਮਰਨ ਜੀਵਨ ਦੀ ਚਿੰਤਾ ਵੀ ਖਤਮ ਹੋ ਜਾਂਦੀ। ਯਾਦ ਇੱਕ ਲਫ਼ਜ਼ ਸੀ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਅਤੇ ਹੁਣ ਉਹਦਾ ਜਵਾਬ ਮਿਲ ਗਿਆ, ਕਹਿਣ ਲੱਗੇ ਮਰਨੇ ਕੀ ਚਿੰਤਾ ਨਹੀਂ। ਰਾਤ ਸਵਾਲ ਸੀ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਅਤੇ ਹੁਣ ਜਵਾਬ ਹੈ, ਕਹਿਣ ਲੱਗੇ ਜੀ ਮਰਨੇ ਕੀ ਚਿੰਤਾ ਨਹੀਂ ਹੈ। ਹੁਕਮੇ ਜੰਮਣ ਹੁਕਮੇ ਮਰਨਾ, ਜੰਮਣ ਮਰਨਾ ਹੁਕਮ ਹੈ, ਆਪਣਾ ਰੋਜ਼ ਪੜ੍ਹਨਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾ। ਜਿਸ ਦਿਨ ਇਸ ਹੁਕਮ ਲਫ਼ਜ਼ ਨੂੰ ਆਪਣੇ ਅੰਦਰ ਟਿਕਾ ਲਏਗਾ, ਵਿਸ਼ਵਾਸ ਕਰ ਰੱਬ ਹੁਕਮ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਅਤੇ ਰੱਬ ਵਿੱਚ ਜਿਹੜਾ ਬੜਾ ਸੂਖਸ਼ਮ ਭੇਦ ਹੈ ਨਾ, ਉਹ ਅਸੀਂ ਸਮਝਣਾ, ਕਿਉਂਕਿ ਗੁਰੂ ਹੁਕਮ ਨਹੀਂ, ਅਸੀਂ ਕਹਿੰਦੇ ਹੁਕਮਨਾਵਾਂ, ਗੁਰੂ ਦਾ ਨਹੀਂ, ਬੜਾ ਫਰਕ ਹੈ। ਗੁਰੂ ਉਪਦੇਸ਼ ਹੈ, ਗੁਰੂ ਉਪਦੇਸ਼ ਹੈ, ਰੱਬ ਹੁਕਮ ਹੈ। ਹੁਕਮ ਉਹਨੂੰ ਕਹਿੰਦੇ ਨੇ ਜਿਹੜਾ ਮੋੜਿਆ ਨਾ ਜਾ ਸਕੇ। ਰੱਬ ਦਾ ਹਰ ਹੁਕਮ ਹੁੰਦਾ ਜਿਹਦਾ ਕਦੀ ਮੋੜ ਨਹੀਂ ਹੁੰਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹ ਜਿਹੜਾ ਵੀ ਹੁਕਮ ਕਰਦਾ ਉਹਨੂੰ ਸਾਡੀ ਤਾਕਤ ਨਹੀਂ ਮੋੜ ਸਕਣ ਦੇ, ਪਰ ਗੁਰੂ ਹੁਕਮ ਨਹੀਂ, ਗੁਰੂ ਉਪਦੇਸ਼ ਕਰਦਾ। ਉਪਦੇਸ਼ ਕੋਈ ਮੰਨੇ ਨਾ ਮੰਨੇ, ਅਸੀਂ ਰੋਜ਼ ਸੁਣਨੇ, ਮੰਨਦੇ ਕੋਈ ਨਹੀਂ, ਗੁਰਮਤ ਸੁਣ ਕਸ ਗਿਆਨ ਨਾ ਉਪਜਿਓ। 500 ਵਰੇ ਤੋਂ ਕਰੀ ਜਾਂਦਾ, ਸਾਰੇ ਕੁਝ ਸੁਣ ਲਿਆ, ਉਪਦੇਸ਼ ਰੂਪ ਹੈ ਨਾ, ਬੜੇ ਪਿਆਰ ਨਾਲ ਕਹੀ ਜਾਂਦਾ, ਬੜੇ ਪਿਆਰ ਨਾਲ ਕਹਿੰਦਾ ਹੈ, ਫਿਰ ਵੀ ਨਹੀਂ ਮੰਨਦੇ। ਕਰੋ ਬੇਨਤੀ, ਹੈ ਉਪਦੇਸ਼ ਸਾਡੇ ਭਲੇ ਨਹੀਂ ਕਰੇ ਤੇ ਆਖੇ ਮੈਂ ਬੇਨਤੀ ਕਰਦਾ, ਕਿੰਨਾ ਪਿਆਰ ਹੈ ਗੁਰਬਾਣੀ ਵਿੱਚ, ਗੁਰੂ ਵਿੱਚ ਕਹਿੰਦਾ ਕਰੋ ਬੇਨਤੀ, ਸੁਣੋ ਮੇਰੇ ਮੀਤਾ, ਉਹ ਮਿੱਤਰੋ ਸੁਣ ਲਓ, ਤੁਹਾਡੇ ਭਲੇ ਦੀ ਗੱਲ ਕਰਨਾ, ਪਰ ਫਿਰ ਨਹੀਂ ਸਰ, ਗੁਰੂ ਉਪਦੇਸ਼ ਰੂਪ ਹੈ। ਹਾਂ, ਫਰਕ ਕੀ ਹੈ ਕਿ ਸਿੱਖ ਨੂੰ ਇਹ ਉਪਦੇਸ਼ ਗੁਰੂ ਹੁਕਮ ਕਰਕੇ ਮੰਨਣਾ ਚਾਹੀਦਾ, ਤਾਂ ਕਿ ਮੰਨ ਇਹ ਸ਼ਕਤੀ ਪੈਦਾ ਹੋ ਜਾਏ। ਜਿਵੇਂ ਹੁਕਮ ਮੰਨਣਾ ਹੀ ਪੈਂਦਾ, ਇਸੇ ਤਰ੍ਹਾਂ ਉਪਦੇਸ਼ ਮੰਨਣਾ ਹੀ ਪੈਣਾ ਹੈ। ਆ ਫਰਕ ਹੈ, ਸਿੱਖ ਨੇ ਗੁਰੂ ਉਪਦੇਸ਼ ਗੁਰੂ ਹੁਕਮ ਕਰਕੇ ਮੰਨਣਾ ਹੈ, ਮੁੜਨਾ ਨਹੀਂ, ਇੱਧਰੋਂ ਬੇਪਰਵਾਹ ਨਹੀਂ ਹੋਣਾ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆ ਕੇ ਕਹਿਣ ਲੱਗੇ, ਮੈਂ ਜਦੋਂ ਦਾ ਸਤਿਗੁਰੂ ਦੀ ਸ਼ਰਨ ਆਇਆ ਮੈਨੂੰ ਹੋਰ ਉਪਾਅ ਦੀ ਲੋੜ ਨਹੀਂ। ਔਰ ਉਪਾਅ ਸਗਲ ਤਿਆਗ ਛੋੜੇ, ਛੱਡ ਦਿੱਤੇ, ਸਤਿਗੁਰ ਸ਼ਰਨ ਪਿਆ, ਸਤਿਗੁਰੂ ਦੀ ਸ਼ਰਨ ਆਇਆ, ਗੁਰੂ ਨੇ ਮੈਨੂੰ
ਮੇਰੇ ਸੱਸ ਫਕਰ ਫਿਕਰ ਚਿੰਤਾਵਾਂ ਖਤਮ ਕਰਨ ਦੇ ਢੰਗ ਦੱਸ ਦਿੱਤੇ ਨੇ ਅਤੇ ਉਹਨਾਂ ਸਾਰੇ ਢੰਗਾਂ ਵਿੱਚ ਉਪਾਵਾਂ ਵਿੱਚ ਸਭ ਤੋਂ ਵੱਡਾ ਉਪਾਵ ਇਹ ਗੁਰੂ ਨੇ ਦੱਸਿਆ ਕਿ ਤੂੰ ਗੁਰੂ ਰੱਬ ਦੇ ਹੁਕਮ ਵਿੱਚ ਆ ਜਾ। ਲਓ ਆਹ ਇੱਕ ਤਰੀਕਾ ਹੈ। ਸਤਿਗੁਰੂ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਅਚਰਜ ਏਕ ਸੁਣੋ ਰੇ ਭਾਈ ਗੁਰ ਐਸੀ ਬੂਝ ਬੁਝਾਈ। ਗੁਰੂ ਨੇ ਮੈਨੂੰ ਐਸੀ ਬੁਝਾ ਦਿੱਤੀ, ਕਹਿਣ ਲੱਗੇ ਜਿਸ ਦਿਨ ਤੂੰ ਆਪਾ ਛੱਡ ਕੇ ਉਹਦੇ ਵਿੱਚ ਸਮਾ ਜਾਏਗਾ ਨਾ, ਫਿਰ ਤੇਰੀ ਅਤੇ ਉਹਦੀ ਜੀਵਨ ਸ਼ੈਲੀ ਇੱਕੋ ਹੋ ਜਾਏਗੀ। ਆ ਗੁਰਬਾਣੀ ਦਾ ਸ਼ਬਦ ਹੈ। ਸਤਿਗੁਰੂ ਕਹਿੰਦੇ ਨੇ ਨਾ ਉਹ ਮਰਤਾ ਨਾ ਉਹ ਮਰਤਾ ਨਾ ਹਮ ਡਰਿਆ। ਹੈ ਮੇਰੇ ਤੇ ਉਹਦੇ ਵਿੱਚ ਫਰਕ ਹੀ ਹੋਇਆ। ਨਾ ਉਹ ਬਿਨਸੇ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਤੋ ਸੁਖੇ ਅਵਰ ਨ ਕੋ ਮਾਰਨ ਵਾਰਾ। ਹੁਣ ਮੈਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ। ਅੱਗੇ ਪੁੱਛਦਾ ਸਾਂ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ। ਹੁਣ ਮੈਂ ਕਹਿਣਾ ਜਿਹਨੇ ਮਾਰਨਾ ਹੈ ਉਹਦਾ ਰੂਪ ਤਾਂ ਮੈਂ ਆਪ ਬਣ ਗਿਆ, ਉਹਦੇ ਵਿੱਚ ਸਮਾ ਗਿਆ। ਸਤਿਗੁਰੂ ਨੇ ਬਾਣੀ ਵਿੱਚ ਹਰ ਗੱਲ ਦਾ ਜਵਾਬ ਦਿੱਤਾ। ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਉਹ ਆਵੇ ਨਾ ਜਾਏ ਨਾ ਕਬੂ ਮਰਤੇ ਆਵੇ ਨਾ ਜਾਏ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਪਾਰਮ ਦੇ ਸੰਗੀ ਹੋ ਗਏ ਨੇ ਤੇ ਬਣਾ ਦਿੱਤੇ ਨੇ ਗੁਰੂ ਨੇ। ਨਾ ਉਹ ਬਿਨਸੇ ਨਾ ਹਮ ਕਰਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੁੱਖ ਨਾ ਹਮ ਅਵਰ ਨਾ ਕਉ ਮਾਰਨ ਵਾਲਾ ਜੀਉ ਹਮਾਰਾ ਜੀਉ ਦੇਣ ਹਾਰਾ। ਕਹਿਣ ਲੱਗੇ ਨਾ ਉਸ ਬੰਧਨ ਨਾ ਹਮ ਬੰਧੇ ਨਾ ਉਸ ਧੰਦਾ ਨਾ ਹਮ ਧੰਦੇ ਨਾ ਉਸ ਮੈਲ ਨਾ ਹਮਕੋ ਮੈਲਾ ਉਸ ਆਨੰਦ ਹਾਮ ਸਦਕੇਲਾ। ਜੇ ਉਹ ਆਨੰਦ ਚੇਤਾ ਹੈ ਤੇ ਮੈਂ ਵੀ ਆਨੰਦ ਆ, ਮੈਨੂੰ ਕਾਹਦਾ ਫਿਕਰ ਹੈ। ਲਓ ਚਿੰਤਾ ਸਹਿਸਾ ਮਿਟਾ ਦਿੱਤਾ ਨੇ। ਕਹਿਣ ਲੱਗੇ ਨਾ ਉਸ ਸੋਚ ਨਾ ਹਮਕੋ ਸੋਚਾ ਨਾ ਉਸ ਲੇਪ ਨਾ ਹਮਕੋ ਪੋਚਾ ਨਾ ਉਸ ਭੁੱਖ ਨਾ ਹਮਕੋ ਤ੍ਰਿਸ਼ਨਾ ਜਾਂ ਉਹ ਨਿਰਮਲਤਾ ਹਮ ਜਚਨਾ। ਅਤੇ ਅਖੀਰਲੇ ਲਫਜ਼ ਬੜੇ ਖੂਬਸੂਰਤ ਨੇ ਹਮ ਕਿਛ ਨਾਹੀਂ। ਆਪਣਾ ਆਪ ਮਿਟਾਉਣਾ ਪੈਣਾ ਹੈ। ਗੁਰੂ ਨੇ ਆਹ ਸੋਝੀ ਪਾਈ ਹਮ ਕਿਛ ਨਾਹੀਂ ਇੱਕ ਹੈ ਉਹ ਹੀ।
ਜਿਸ ਦਿਨ ਤੂੰ ਆਪਣਾ ਆਪ ਖਤਮ ਆਪਣੀ ਮੈਂ ਸੋਚ ਖਤਮ ਕਰਕੇ ਉਹਦੇ ਹੁਕਮ ਵਿੱਚ ਆ ਜਾਏਗਾ, ਉਸ ਦਿਨ ਸਾਰੀਆਂ ਚਿੰਤਾਵਾਂ, ਸਾਰੇ ਸੰਸੇ, ਸਾਰੇ ਫਿਕਰ ਖਤਮ ਹੋ ਜਾਣਗੇ। ਲਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਾਤ ਦੀ ਗੱਲ ਦਾ ਹੁਣ ਜਵਾਬ ਵੀ ਦਿੱਤਾ ਗੁਰੂ ਨੇ। ਕਹਿਣ ਲੱਗੇ, ਹਮ ਕਿਸ ਨਾਹੀ ਇੱਕ ਹੈ ਉਹ ਹੀ, ਅੱਗੇ ਪਾਛੇ ਇੱਕੋ ਸੋਈ। ਅਖੀਰਲੀ ਤਾਂ ਲਾਈਨ ਵਿੱਚ ਕਹਿਣ ਲੱਗੇ, ਨਾਨਕ ਗੁਰ ਖੋਏ ਭਰਮ ਪੰਗਾ। ਜਿਹੜੇ ਮੇਰੇ ਅਤੇ ਉਹਦੇ ਦਰਮਿਆਨ ਵਿੱਚ ਇੱਕ ਭਰਮ ਪਏ ਹੋਏ ਸਨ, ਜਿਹੜੀ ਮੈਂ ਆਪਣੀ ਹੋਂਦ ਨੂੰ ਵੱਖਰਾ ਲਈ ਫਿਰਦਾ ਸਾਂ, ਆਪਣੀਆਂ ਜ਼ਰੂਰਤਾਂ, ਆਪਣੀਆਂ ਸੋਚਾਂ, ਆਪਣੀਆਂ ਵਿਚਾਰ ਇਹ ਸਿਰ 'ਤੇ ਗਠੜੀ ਬਣ ਕੇ ਚੁੱਕੇ ਹੋਏ ਸਨ। ਸਤਿਗੁਰ ਨੇ ਬਾਣੀ ਅੰਦਰ ਹਰ ਗੱਲ ਦਾ ਬੜੀ ਦਲੀਲ ਨਾਲ ਜਵਾਬ ਦਿੱਤਾ ਹੈ। ਕਹਿਣ ਲੱਗੇ, ਜੋ ਲੋ ਪੋਟ ਉਠਾਈ ਚੱਲੇ ਹੋ, ਇੱਕ ਗੁਰਬਾਣੀ ਦੀ ਤੁੱਕ ਹੈ। ਆ ਸਟੇਸ਼ਨ ਤੋਂ ਉਤਰਦੇ ਨੇ ਮੁਸਾਫਰ, ਉਹਨਾਂ ਦੇ ਸਿਰ 'ਤੇ ਜਾਂ ਹੱਥ ਵਿੱਚ ਸਮਾਨ ਹੁੰਦਾ ਹੈ, ਅਤੇ ਜਿਹਨਾਂ ਕੋਲ ਸਮਾਨ ਹੁੰਦਾ ਹੈ ਉਹਨੂੰ ਮਸੂਲ ਵਾਲਾ ਰੋਕ ਲੈਂਦਾ ਹੈ। ਸਮਾਨ ਵੇਖ ਕੇ ਆ ਏਅਰਪੋਰਟ 'ਤੇ ਵੀ ਜਦੋਂ ਉਤਰਦੇ ਹੋ, ਜੇ ਤੁਹਾਡੇ ਕੋਲ ਸਮਾਨ ਹੋਵੇ ਤਾਂ ਕਸਟਮ ਵਾਲੇ ਰੋਕਦੇ ਨੇ, ਵੀ ਤਲਾਸ਼ੀ ਦੇ ਇਹਦੇ 'ਚ ਕੀ ਹੈ, ਨਹੀਂ ਤਾਂ ਜੁਰਮਾਨਾ ਭਰ ਕਸਟਮ ਦੇ। ਇਹ ਤਾਂ ਸਾਡੀਆਂ ਰੋਜ਼ਾਨਾ ਜੀਵਨ ਦੀਆਂ ਗੱਲਾਂ ਨੇ ਜਿਹੜੀਆਂ ਗੁਰਬਾਣੀ ਵਿੱਚ ਨੇ। ਕਹਿੰਦੇ ਜਿਹਦੇ ਸਿਰ 'ਤੇ ਪੋਟ ਉਠਾਈ ਹੋਵੇ, ਗਠੜੀ ਬੰਨ੍ਹ ਕੇ ਸਮਾਨ ਦੀ ਟਿਕਾਈ ਹੋਵੇ, ਅਤੇ ਉਹ ਗਠੜੀ ਉਹਦੇ ਸਿਰ 'ਤੇ ਸਾਬਤ ਕਰਦੀ ਹੈ ਕਿ ਇਹ ਇਹਦੀ ਹੈ, ਉਹਨੂੰ ਕੋਈ ਰੋਕਦਾ ਹੈ ਅਤੇ ਰੋਕ ਕੇ ਆਖਦਾ ਹੈ ਇਹਦਾ ਕਸਟਮ ਦੇ, ਇਹਦਾ ਮਸੂਲ ਦੇ। ਗੁਰਬਾਣੀ, ਜੋ ਲਓ ਪੋਟ ਉਠਾਈ ਚੱਲਿਓ ਤੋ ਲਓ ਡਾਣ ਭਰੇ। ਡਾਂਡ ਦਾ ਮਤਲਬ ਡੰਡ, ਡੰਡ ਓਨਲੀ ਉਸੇ ਨੂੰ ਫਿਕਰ ਹੈ ਜਿਹਨੇ ਸਿਰ 'ਤੇ ਪੋਟ ਉਠਾਈ ਆਪਣੇ। ਕਹਿਣ ਲੱਗੇ, ਜੋ ਲਓ ਪੋਟ ਉਠਾਈ ਚੱਲਿਓ ਤੋ ਲਓ ਡਾਣ ਭਰੇ, ਅਖੇ ਪੋਟ ਡਾਰ ਗੁਰਪੂਰਾ ਮਿਲਿਓ। ਜਦੋਂ ਅਖੇ ਗੁਰੂ ਮਿਲ ਗਿਆ ਨਾ, ਲੱਕਿਓ ਗੁਰੂ ਦੀ ਸ਼ਰਨ ਆਉਣ ਦੀ ਗੱਲ ਕੀਤੀ ਨੇ। ਕਹਿਣ ਲੱਗੇ, ਜਦੋਂ ਦਾ ਗੁਰੂ ਮਿਲ ਗਿਆ ਮੈਂ ਆਪਣੀ ਪਾਂਡੋਂ ਦੇ ਉੱਤੇ ਰੱਖ ਦਿੱਤੀ, ਹੁਣ ਤੂੰ ਜਾਣ ਤੇਰਾ ਕੰਮ ਜਾਣੇ, ਮੈਨੂੰ ਕੋਈ ਨਹੀਂ ਪੁੱਛਣ ਵਾਲਾ। ਇਉਂ ਸਹਿਸਾ ਖਤਮ ਕੀਤਾ, ਸਹਿਸਾ ਇਉਂ ਖਤਮ ਕੀਤਾ। ਗੁਰਬਾਣੀ ਤਾਂ ਹਰ ਗੱਲ ਦਾ ਜਵਾਬ ਦੇ ਰਹੀ। ਕਹਿਣ ਲੱਗੇ, ਜੋ ਲੋ ਪੋਟ ਉਠਾਈ ਚੱਲਿਓ ਤੋ ਲੋ ਡਾਣ ਭਰੇ, ਪੋਟ ਡਾਰ ਗੁਰਪੂਰਾ ਮਿਲਿਓ ਤੋ ਨਾਨਕ ਨਿਰਭੈ। ਜਦੋਂ ਆਪਣੇ ਸਿਰ ਤੋਂ ਪੰਡ ਉਤਾਰੀ, ਆਪਣੀਆਂ ਡਿਊਟੀਆਂ, ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਹੁਣ ਤੱਕ ਮੈਂ ਕਰਦਾ ਸਾਂ, ਉਹ ਸਾਰੀਆਂ ਗੁਰੂ 'ਤੇ ਛੱਡ ਦਿੱਤੀਆਂ, ਹੁਣ ਤੂੰ ਜਾਣ ਤੇਰਾ ਕੰਮ ਜਾਣ, ਬਸ ਮੈਨੂੰ ਹੁਣ ਕੋਈ ਪੁੱਛਣ ਵਾਲਾ ਨਹੀਂ। ਮੇਰੇ ਸਹਿਸੇ, ਮੇਰੇ ਫਿਕਰ, ਮੇਰੀਆਂ ਚਿੰਤਾਵਾਂ ਇਉਂ ਖਤਮ ਹੋ ਗਈਆਂ। ਕਹਿਣ ਲੱਗੇ, ਨਾਨਕ ਗੁਰ ਖੋਏ ਭਰਮ ਭੰਗਾ, ਹਮ ਓਏ ਮਿਲ ਹੋਏ ਏਕ ਰੰਗਾ। ਹੁਣ ਮੇਰੇ ਉਹਦੇ ਵਿੱਚ ਕੋਈ ਫਰਕ ਨਹੀਂ ਰਿਹਾ।
ਅਤੇ ਫਰਕ ਨਾ ਰਹਿਣ ਕਰਕੇ ਨਤੀਜਾ ਇਹ ਨਿਕਲਿਆ ਜੇ ਰੱਬ ਨਿਰਭੈ ਹੈ, ਇੱਕੋ ਨਿਰਭੈ ਜਿਹਦੇ ਬਾਰੇ ਗੁਰਬਾਣੀ ਨੇ ਫੈਸਲਾ ਕੀਤਾ, ਨਾਨਕ ਨਿਰਭਉ ਨਿਰੰਕਾਰ ਸਗਲਿਆਂ ਭਾਉ ਲਿਖਿਆ ਸਿਰ ਲੇਖ, ਕਿਉਂਕਿ ਹਰ ਕਿਹੜੇ ਆਪਣੀ ਹੋਂ ਦੀ ਪੰਡ ਸਿਰ 'ਤੇ ਚੁੱਕੀ ਹੋਈ ਹੈ। ਗੁਰੂ ਕਹਿੰਦੇ ਨੇ ਸਗਲਿਓ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜਿਸ ਦਿਨ ਤੂੰ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਸ਼ਾਮਿਲ ਹੋ ਜਾਏਗਾ, ਤੂੰ ਵੀ ਨਿਰਭਉ ਹੋ ਜਾਏਗਾ। ਆਪਣੀ ਪੰਡ ਉਹਦੇ 'ਤੇ ਛੱਡ ਦੇ, ਆਪ ਕਿਉਂ ਚੁੱਕੀ ਫਿਰਨਾ। ਅਤੇ ਗੁਰੂ ਨੇ ਇਹੋ ਗੱਲ ਰਾਤ ਦੇ ਸਵਾਲ ਦੇ ਜਵਾਬ ਵਿੱਚ ਦਿੱਤੀ ਅਤੇ ਕਹਿਣ ਲੱਗੇ ਅਬ ਮਾਰਾ ਅਬ ਮਾਰਾ ਸ਼ਬਦ ਸੀ ਅਬ ਮੈਂ ਕੌਣ ਉਪਾਉ ਕਰਾਂ, ਤਾਂ ਕਿ ਇਹ ਫਿਕਰ ਅਤੇ ਚਿੰਤਾਵਾਂ ਖਤਮ ਹੋ ਜਾਣ। ਅਬ ਮੈਂ ਕੌਣ ਉਪਾਉ ਕਰਾਂ, ਜੈ ਬਿਧ ਮਨ ਕੋ ਸੰਸਾ ਚੂਕੇ, ਫਿਕਰਾਂ ਵਿੱਚ ਕਿਰਿਆ ਹੋਇਆ, ਸੰਸਾਰਿਕ ਫਿਕਰ ਨਹੀਂ ਮੁੱਕਦੇ,
ਜਿਹੜੀ ਲਿਸਟ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਤਾਂ ਸਾਡੇ ਕੰਨ ਚੇਤੇ ਵੀ ਨਹੀਂ। ਜਨਮ ਪਾਏ ਕੁਛ ਪਲ ਉਹਨਾਂ ਤਿੰਨੋਂ ਕਦੀ ਸੋਚਿਆ ਹੀ ਨਹੀਂ। ਮਨ ਵਿੱਚ ਕਰਮ ਹਰ ਗੁਣ ਨਹੀਂ ਗਾਏ ਜੇ ਕਦੀ ਸੋਚਿਆ ਹੀ ਨਹੀਂ। ਕਹਿਣ ਲੱਗੇ ਗੁਰਮਤਿ ਸੁਣ ਕਛ ਗਿਆਨ ਨਾ ਉਪਜਿਓ, ਇਹ ਕਦੀ ਸੋਚਿਆ ਹੀ ਨਹੀਂ। ਜਿਹੜੀਆਂ ਉਹ ਸੋਚਾਂ ਸਨ, ਉਹ ਚਿੰਤਾ ਸਨ, ਅਜੇ ਖਲੋਤੀਆਂ ਨੇ। ਅਤੇ ਅੱਜ ਜਵਾਬ ਸੀ, ਸਾਰੀਆਂ ਹੀ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਜੇ ਤੂੰ ਗੁਰੂ 'ਤੇ ਨਿਰਭਰ ਕਰਦੇ ਹੋਏ, ਉਹਦੀ ਗੱਲ ਸਮਝ ਆਉਣ ਲੱਗ ਪਵੇ ਤੈਨੂੰ, ਫਿਰ ਵਿਸ਼ਵਾਸ ਕਰ। ਅਚਰਜ ਇੱਕ ਸੁਣੋ ਰੇ ਭਾਈ, ਗੁਰ ਐਸੀ ਬੂਝ ਬੁਝਾਈ, ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਏ। ਸਾਰੇ ਸੁੱਖ, ਆਤਮਿਕ ਆਨੰਦ, ਖੁਸ਼ੀਆਂ, ਨਿਸ਼ਚਿੰਤਤਾ, ਬੇਫਿਕਰੀ ਮਨੁੱਖ ਦੇ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜਿਸ ਦਿਨ ਉਹ ਆਪਣਾ ਆਪ ਛੱਡ ਕੇ ਹਉਮੈ ਚੱਕ ਕੇ ਸਤਿਗੁਰੂ ਜਿਵੇਂ ਆਖਿਆ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋਰ, ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਫਿਰ ਆਤਮਿਕ ਜੀਵਨ, ਆਤਮਿਕ ਸੁੱਖ ਮਿਲਦਾ ਹੈ ਇਹਨਾਂ ਸ਼ਬਦਾਂ ਨਾਲ। ਖਿਮਾਂ ਦਾ ਜਾ ਚੁੱਕ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।